ਮੇਰੇ ਪੀਰ ਦੀ ਸਿਫਤ ਨਾਲ ਲਿਖੀ ਜਾਵੇ, ਸੱਤੇ ਸਾਗਰਾਂ ਦੀ ਬੇਸ਼ੱਕ ਸਾਈ ਹੋਵੇ। ਮਾਤ ਲੋਕ ਤੇ ਦਸਮ ਦਰਖਤ ਜਿੰਨੇ ਤੇ ਭਾਵੇਂ ਸਭਨਾ ਦੀ ਕਲਮ ਪੜਾਈ ਹੋਵੇ, ਭਾਵੇਂ ਅਰਸ਼ ਤੇ ਫਰਸ਼ ਬਣ ਚਾਰ ਕਾਗਜ਼ ਉਹਨਾਂ ਉੱਤੇ ਨਾ ਪੂਰੀ ਲਿਖਾਈ ਹੋਵੇ। ਅਲਮਸਤ ਨਾ ਉਸ ਦੀ ਸਿਫਤ ਮੁੱਕੇ ਉਹ ਜਿਹਦੀ ਦਾਦਾ ਨੇ ਸਿਫਤ ਕਰਾਈ ਹੋਵੇ। ਕਹਿੰਦਾ ਜਦੋਂ ਵੀਰਵਾਰ ਦਾ ਦਿਨ ਆਉਂਦਾ ਉਦੋਂ ਸੰਗਤਾਂ ਬਾਬੇ ਦੇ ਦਰਬਾਰ ਤੇ ਜਾਂਦੀਆਂ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਪਰ ਬਾਬੇ ਤੋਂ ਬਾਬੇ ਨੂੰ ਮੰਗਣ ਵਾਲੇ ਵਿਰਲੇ ਆ। ਉਹ ਛੜਿਆ ਦਿਨ ਵੀਰਵਾਰ ਦਾ ਪੀਰਾਂ ਦੇ ਜਾਈਏ ਜੀ, ਤਨ ਮਨ ਨੂੰ ਸੁੱਚਾ ਕਰਕੇ ਧਿਆਨ ਲਿਖਾਈਏ ਜੀ, ਬਖਸ਼ਣ ਜੇ ਐਬ ਤੇ ਗੁਨਾ ਉਹ ਮੇਰੇ ਪੀਰ ਪਾਤਸ਼ਾਹ ਸੁਣਦੇ ਨੇ ਦਿਲ ਦੀ ਦੁਆ। ਜਿਹੜੇ ਜਿਹੜੇ ਬਾਬੇ ਨੂੰ ਪਿਆਰ ਕਰਦੇ ਆ ਨਾ, ਉਹਨਾਂ ਦੇ ਦਿਲ ਦੀ ਦੁਆ ਸੁਣਦੇ ਬਾਬੇ, ਭਾਵੇਂ ਉਹ ਕਿੱਲਿਆਂ ਵਾਲਾ ਪੀਰ ਆ, ਭਾਵੇਂ ਲੱਖ ਦਾ ਪੀਰ ਆ, ਭਾਵੇਂ ਹੈਦਰ ਸ਼ੇਖ ਕੋਟਲੇ ਵਾਲੀ ਸਰਕਾਰ। ਆਓ ਜੀ Thank you.